ਇੰਡੀਆ ਨਿਊਜ਼। ਗੱਲ ਕਰਾਂਗੇ ਬਰਨਾਲਾ ਦੀ, ਬਰਨਾਲਾ ਦੇ ਬਾਰੇ ਰੁਕ ਕਰਦੇ ਹਾਂ, ਜਿੱਥੇ ਬਿਜਲੀ ਦੇ ਵਧੇ ਰੇਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਹੱਲਾ ਬੋਲਿਆ ਜਾ ਰਿਹਾ। ਵੱਡੀ ਖਬਰ, ਬਿਜਲੀ ਦੇ ਵਧੇ ਰੇਟਾਂ ਦੇ ਖਿਲਾਫ ਆਮ ਆਦਮੀ ਪਾਰਟੀ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਬੀਤੇ ਦਿਨ ਵੀ ਪ੍ਰਦਰਸ਼ਨ ਹੋਇਆ ਸੀ ਅਤੇ ਅੱਜ ਵੀ ਪ੍ਰਦਰਸ਼ਨ ਹੋ ਰਿਹਾ। ਆਪ ਵਰਕਰ ਜਿਹੜੇ ਨੇ ਵੱਡੀ ਤਾਦਾਦ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ, ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕੀਤਾ ਜਾ ਰਿਹਾ। ਬਿਜਲੀ ਦੇ ਵਧੇ ਰੇਟਾਂ ਦੇ ਖਿਲਾਫ ਇਹ ਪ੍ਰਦਰਸ਼ਨ ਹੋ ਰਿਹਾ। 7 ਜਨਵਰੀ ਨੂੰ ਦੱਸਦੀ ਕਿ ਸੂਬਾ ਪੱਧਰੀ ਪ੍ਰਦਰਸ਼ਨ ਹੋਏਗਾ, ਜਿਹਦੇ ਸੀਐਮ ਹਾਊਸ ਦਾ ਘਿਰਾਓ ਕੀਤਾ ਜਾਏਗਾ। 7 ਜਨਵਰੀ ਨੂੰ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏਗਾ ਸੂਬਾ ਪੱਧਰੀ। ਅੱਜ ਵੀ ਵੱਡੇ ਪੱਧਰ ਤੇ ਪ੍ਰਦਰਸ਼ਨ ਹੈ, ਪਰ ਇਹ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਹੈ। ਬਿਜਲੀ ਦੇ ਵਧੇ ਰੇਟਾਂ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਦੱਸਦੀ ਕਿ ਤਾਦਾਦ ਬਹੁਤ ਵੱਡੀ ਹੈ ਵਰਕਰਾਂ ਦੀ, ਵੱਡੀ ਤਾਦਾਦ ਦੇ ਵਿੱਚ ਬਰਨਾਲਾ ਦੇ ਵਿੱਚ ਵਰਕਰ ਜਿਹੜੇ ਨੇ ਇਕੱਠੇ ਹੋਏ ਹੋਏ ਨੇ, ਜਿਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਬਿਜਲੀ ਦੇ ਰੇਟ ਵਧਾਏ ਗਏ ਨੇ, ਜੋ ਕਿ ਪੰਜਾਬ ਸਰਕਾਰ ਦੀ ਸਿੱਧੇ ਤੌਰ 'ਤੇ ਨਾਕਾਮੀ ਹੈ। ਗਰੀਬ ਲੋਕਾਂ ਦੇ ਨਾਲ, ਪੰਜਾਬੀਆਂ ਦੇ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਜਾ ਰਿਹਾ। ਸਾਫ਼ ਤੌਰ 'ਤੇ ਕਹਿਣਾ ਕਿ 10 ਰੁਪਏ ਯੂਨਿਟ ਕਰ ਦਿੱਤੀ ਗਈ ਹੈ, ਜੋ ਕਿ ਬੇਹੱਦ ਹੀ ਸਿੱਧਾ ਬੋਝ ਪਾਇਆ ਜਾ ਰਿਹਾ ਆਮ ਲੋਕਾਂ ਦੀ ਜੇਬ 'ਤੇ। 7 ਜਨਵਰੀ ਨੂੰ ਦੱਸੀਏ ਕਿ ਸੂਬਾ ਪੱਧਰੀ ਪ੍ਰਦਰਸ਼ਨ ਹੋਏਗਾ। ਉਸ ਤੋਂ ਪਹਿਲਾਂ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਹ ਪ੍ਰਦਰਸ਼ਨ ਜਿਹੜਾ ਜ਼ਿਲ੍ਹਾ ਪੱਧਰੀ ਕੀਤਾ ਜਾ ਰਿਹਾ। ਇਸ ਮੌਕੇ ਵੱਡੀ ਤਾਦਾਦ ਦੇ ਵਿੱਚ ਵਰਕਰ ਮੌਜੂਦ ਨੇ। ਬਿਜਲੀ ਦੇ ਵਧੇ ਰੇਟਾਂ ਦੇ ਖਿਲਾਫ ਆਪ ਦਾ ਹੱਲਾ ਬੋਲ। ਆਪ ਵਰਕਰਾਂ ਦੇ ਵੱਲੋਂ ਜ਼ਿਲ੍ਹਾ ਪੱਧਰ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਬਿਜਲੀ ਦੇ ਵਧੇ ਰੇਟਾਂ ਦੇ ਖਿਲਾਫ ਇਹ ਪ੍ਰਦਰਸ਼ਨ ਹੋ ਰਹੇ ਨੇ। 7 ਜਨਵਰੀ ਦਾ ਸੀ ਕਿ ਸੂਬਾ ਪੱਧਰੀ ਪ੍ਰਦਰਸ਼ਨ ਹੋਏਗਾ। ਉਸ ਤੋਂ ਪਹਿਲਾਂ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਹ ਪ੍ਰਦਰਸ਼ਨ ਹੋ ਰਹੇ ਨੇ, ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕੀਤੇ ਜਾ ਰਹੇ। ਬਿਜਲੀ ਦੇ ਵਧੇ ਰੇਟਾਂ ਦੇ ਖਿਲਾਫ ਇਸ ਪ੍ਰਦਰਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ। ਦੱਸੀਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਬੀਤੇ ਦਿਨ ਵੀ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਅੱਜ ਵੀ ਇੱਥੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ 7 ਜਨਵਰੀ ਨੂੰ ਹੱਲਾ ਬੋਲ ਵੱਡੇ ਪੱਧਰ 'ਤੇ, ਯਾਨੀ ਕਿ ਸੂਬਾ ਪੱਧਰ 'ਤੇ ਪ੍ਰਦਰਸ਼ਨ ਹੋਏਗਾ। ਸੀਐਮ ਹਾਊਸ ਦਾ ਘਿਰਾਓ ਕੀਤਾ ਜਾਏਗਾ। ਵੱਡੀ ਗਿਣਤੀ ਦੇ ਵਿੱਚ ਸੀਨੀਅਰ ਲੀਡਰਾਂ ਤੋਂ ਇਲਾਵਾ ਵਰਕਰ ਮੌਜੂਦ ਹੋਣਗੇ ਅਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਵਰਕਰ ਮੌਜੂਦ ਨੇ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਦੋ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ, ਦੋ ਤਸਵੀਰਾਂ ਵੇਖ ਪਾ ਰਹੇ ਹੋ ਜਿੱਥੇ ਕਿ ਗਲਿਆਂ ਦੇ ਵਿੱਚ ਇੱਥੇ ਬੈਲ ਪਾ ਕੇ ਪ੍ਰਦਰਸ਼ਨ ਹੋ ਰਿਹਾ। ਦੋ ਤਸਵੀਰਾਂ ਤੁਸੀਂ ਬਰਨਾਲਾ ਅਤੇ ਪਟਿਆਲਾ ਦੋ ਥਾਵਾਂ ਦੀਆਂ ਦੇਖ ਰਹੇ ਹੋ। ਜ਼ਿਲ੍ਹਾ ਪੱਧਰ 'ਤੇ ਪ੍ਰਦਰਸ਼ਨ ਹੋ ਰਿਹਾ ਨੇ ਕਿ ਜ਼ਿਲ੍ਹਿਆਂ ਦੇ ਵਿੱਚ ਵੱਖੋ ਵੱਖ ਪ੍ਰਦਰਸ਼ਨ ਹੋ ਰਹੇ ਨੇ, ਬਰਨਾਲਾ ਜ਼ਿਲ੍ਹਾ ਅਤੇ ਦੂਸਰੇ ਪਾਸੇ ਪਟਿਆਲਾ। ਮੈਂ ਦੋਵਾਂ ਤਸਵੀਰਾਂ ਤੁਹਾਨੂੰ ਵਿਖਾ ਪਾ ਰਿਹਾ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ। ਕਿਤੇ ਗਲ ਦੇ ਵਿੱਚ ਬਿਜਲੀ ਦੇ ਬਿੱਲ ਪਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਕਿਤੇ ਹੋਰ ਤਰੀਕੇ ਅਪਣਾਏ ਜਾ ਰਹੇ। ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਿਹਾ, ਤਸਵੀਰਾਂ ਵੇਖ ਪਾ ਰਹੇ ਹੋ ਬਰਨਾਲਾ ਅਤੇ ਪਟਿਆਲਾ ਦੀ। ਅੱਜ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਪ੍ਰਦਰਸ਼ਨ ਦੇ ਲਈ ਵੱਖੋ ਵੱਖ ਸਮਾਨ ਦੀ ਵਰਤੋਂ ਕੀਤੀ ਗਈ, ਗਲ ਦੇ ਵਿੱਚ ਬਿੱਲ ਪਾਏ ਗਏ ਨੇ। ਬਰਨਾਲਾ ਅਤੇ ਪਟਿਆਲਾ ਕੇਜਰੀਵਾਲ ਦੇ ਨਾਂ ਦੀ ਇੱਥੇ ਸ਼ਰਟ ਪਾ ਕੇ, ਇਸ ਤੋਂ ਇਲਾਵਾ ਹੋਰ ਕਈ ਵੱਖਰੇ ਵੱਖਰੇ ਤਰੀਕੇ ਅਪਣਾ ਕੇ ਪ੍ਰਦਰਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ। ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਨੇ, ਬਿਜਲੀ ਦੇ ਵਧੇ ਰੇਟਾਂ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਨੇ। ਬਰਨਾਲਾ ਅਤੇ ਪਟਿਆਲਾ ਦੋ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਨੇ। ਦੱਸਦੀ ਕਿ ਜ਼ਿਲ੍ਹਾ ਪੱਧਰੀ ਨੇ ਬਰਨਾਲਾ ਦੇ ਵਿੱਚ ਕੀ ਕੁਝ ਹਾਲਾਤ ਨੇ, ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਜਿਹੜਾ ਹੋ ਰਿਹਾ ਫਿਲਹਾਲ, ਸਾਡੇ ਪੱਤਰਕਾਰ ਸਾਡੇ ਨਾਲ ਰਾਜੇਸ਼ ਮੌਜੂਦ ਨੇ ਬਰਨਾਲਾ ਤੋਂ। ਰਾਜੇਸ਼, ਜਾਣਨਾ ਚਾਹਾਂਗੇ ਫਿਲਹਾਲ ਦੀ ਤਸਵੀਰ ਕੀ ਕੁਝ ਕਹਿ ਰਹੀ ਹੈ ਬਿਜਲੀ ਦੇ ਰੇਟਾਂ ਨੂੰ ਲੈ ਕੇ। ਰੱਬ ਦਾ ਇੱਕ ਤੇ ਉਹਦੇ ਚਮਚਿਆਂ ਨੂੰ ਸਾਰੇ ਲੋਕ ਜਾਣਦੇ ਆ, ਪੱਤਰਕਾਰ ਜਾਣਦੇ ਆ, ਇਹਨਾਂ ਨੂੰ ਪਤਾ ਹੈ ਜੋ ਰੇਟ ਬਿਜਲੀ ਦੇ ਰੇਟ 2013 ਤੋਂ ਬਿੱਲ ਲੱਗੇ ਹੋਏ ਸੀ ਉਹ ਬਰਨਾਲਾ ਤੋਂ, ਤੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਤੇ ਜਦੋਂ ਅਸੀਂ ਜੋ ਧਰਨਾ ਪ੍ਰਦਰਸ਼ਨ ਹੈ ਸਭ ਤੋਂ ਸ਼ੁਰੂ ਕੀਤਾ ਹੋਇਆ ਅਸੀਂ ਧਰਨਾ ਨੂੰ ਦੇਖਣਾ ਮੇਰੇ ਪਿੱਛੇ ਕਿ ਇਹਨਾਂ ਨੇ ਹੁਣ ਜੋ ਬਰਨਾਲਾ ਚੰਡੀਗੜ੍ਹ ਰੋਡ ਹੈਗੀ ਹੈ ਉਸ ਨੂੰ ਜਾਮ ਕਰ ਰੱਖਿਆ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਸੰਖਿਆ 'ਚ ਲੋਕ ਸ਼ਾਮਲ ਹੈਗੇ ਹੈ ਔਰ ਇੱਕ ਇੱਥੇ ਬਹੁਤ ਵੱਡੀ ਗੱਲ ਹੋਰ ਵੀ ਹੈ ਕਿ ਇੱਕ ਐਂਬੂਲੈਂਸ ਨਿਕਲ ਰਹੀ ਹੈ ਜਿਸਨੂੰ ਕਿ ਜੋ ਪ੍ਰਦਰਸ਼ਨਕਾਰੀ ਔਰ ਰਸਤਾ ਦੇ ਰਹੇ ਨੇ ਔਰ ਐਂਬੂਲੈਂਸ ਨੂੰ ਲੰਘਾਇਆ ਜਾ ਰਿਹਾ ਹੈ। ਇਸ ਜੋ ਬਿਜਲੀ ਦੇ ਬੱਸ ਨੂੰ ਲੈ ਕੇ ਲਗਾਤਾਰ ਜੋ ਆਮ ਆਦਮੀ ਪਾਰਟੀ ਹੈਗੀ ਹੈ ਜੋ ਸੰਘਰਸ਼ ਕਰ ਰਹੀ ਹੈ ਜੀ ਗੁਰਜੋਤ। ਬਿਲਕੁਲ ਸਾਫ਼ ਤੌਰ 'ਤੇ ਚੰਗੀ ਗੱਲ ਹੈਗੀ ਹੈ, ਹਾਲਾਂਕਿ ਤਸਵੀਰਾਂ ਅਸੀਂ ਵੇਖ ਪਾ ਰਹੇ ਹਾਂ ਐਂਬੂਲੈਂਸ ਨੂੰ ਰਸਤਾ ਦਿੱਤਾ ਗਿਆ।
इस तों इलावा की कुछ इतों के हालात ने, किन्नी देर तो शुरू होया हो धरना राजेश, वध तो वध तौर पर जानकारी चाहवांगे, नालों नाल तस्वीर असीं जरूर वेखांगे। जो सीनियर लीडरशिप है आम आदमी पार्टी की, विधायक ने बरनाला तो सारे जो इतने जो शामिल हुए हुए है जी। गुरजोत जी बिल्कुल, जे कोई गलबात कर सकते ने वर्कर उन्होंने गलबात जरूर करो। राजेश की कुछ कहना चाहते ने टोटली पांच साल की इनी माड़ी हालत जा रही है, जिन्हों कहने एक तो कहने होंगे भी टोआ हो गया, एक कहने होंगे ने भी ढाई तो लैके तीन फुट के इन्हों टोए ने राजेश। कितने कितने संपर्क जरा है ज्यादा नहीं हो पा रहा, क्योंकि जेडे माइक दे विच गलबात हो रही है वो असी थोड़ा जा सुनवावांगे दर्शकां नूं किस बेस ते और किस बलबूते ते की कुछ मांग इत्थे रखी जा रही है। हालांकि दस रहे सीगे इस तों पहला जो तुसीं प्रधान साहब नाल गलबात कर रहे सीगे कि अद्धे घंटे दे लई हालांकि जाम लगाया हैगा, जेडे लोग ने आम लोग उन्हां नूं परेशान ज़्यादा नहीं किया जाएगा, की कुछ कह रहे ने माइक दे विच, की कुछ संबोधन किया जा रहा है वर्करां नूं? तो भरावो तुसी मेरे नालों ज्यादा सियाने हो, लोग सब जानते हैं, लोगों नालों वड्डा कोई नहीं हुंदा, जे तुसी सियाने हो बरनाले वाले तां वध जानते हैं, ताइयों तां बरनाले दो बारी मंजी ठोक के भेजी है। जे बोड़ां दा लोग यकीन करते होंदे तां जदों अपने विरुद्ध इलैक्शन सी उदों कांग्रेस नूं 45,000 वोटां पईआं सी, ते ऐतकी एम पी वेले बरनाले 36,000 पईआं, 9,000 वोट घट गई। सो लोग जानते हैं कि बोड़ां नाल कोई फर्क नहीं पैंदा, फर्क पैंदा जेड़ा बंदा लोकां च रहिंदा, लोकां लई लड़दा। कल्ली रोड दा मसला नहीं, किन्ने मसले ने अज पंजाब च, बरनाले च, सारे इत्थे भी मैं पत्रकारां दस के हटिया, सारे पंजाब च अज आम आदमी पार्टी बिजली दे मुद्दे नूं लैके भी संघर्ष कर रही है। तुसीं जिन्ने बैठे हो मैनूं इह दसो कि बिजली दे बिलां तों कौण दुखी है? सारियां नूं इह पता है, तुसी अखबार पढ़ते हो रोज, हुण तां सारे अखबारां च आउण लग गया, असीं तां 3 सालां दे रौला पाउणे आ, सारे अखबारां च आउण लग गया कि किस तरह जिहड़ियां प्राइवेट कंपनियां ने पंजाब दे लोकां दी लुट कर रही हैं। 3 साल हो गए सरकार बणी नूं, जिथे होर वादे कीते सी कैप्टन अमरिंदर सिंह ने, जिहड़ा मनप्रीत बादल होरां ने मैनीफेस्टो बनाया सी कि पंजाब नूं कर्जा मुक्त कर देंगे, फिलहाल अद्धे घंटे रोड जाम की खबर भी जी है प्रधान साहब तो सामने आई है, कि कुछ कहोगे फिलहाल, कितनी देर तक प्रदर्शन जारी रहेगा, कितने वड्डे पद्धर से इन्होंने इत्थे मोर्चा लगाया हुआ अज्ज? साफ तौर पे कि अद्धे घंटे लिए जो सड़क रोकी हुई है, साडा इरादा नहीं कि आम लोग इन्नी ठंड दे विच परेशान होण, इन्हां दे जो धरने दा मकसद है कि पंजाब दे विच लगातार लोकां दी जेब लुट की जा रही है, बिजली दे रेट है आसमान छू रहे ने, ठीक है राजेश, फिलहाल बहुत बहुत शुक्रिया साढ़े तक
जानकारी पहुंचाने लिए कुल मिला के आम आदमी पार्टी ने पक्का मोर्चा लगा दिता। उन्होंने साफ तौर पर कहना है कि सब बिजली के बिलों तो दुखी ने ते कुल मिला के इस दे विच राहत होनी चाहिए है, जी 10 रुपये यूनिट मिल रही है उस दे विच घाटा होना चाहिए है, सरकार को कुछ ना कुछ सोचना चाहिए है।